ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਸਰਬਜੀਤ। ਪੇਂਡੂ ਲਾਈਤੀਵਾਨ ਚੈਨਲ 'ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ ਸਾਰੇ ਵਧੀਆ? ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਣਗੇ, ਅਸੀਂ ਵੀ ਠੀਕ ਹਾਂ। ਅਤੇ ਇਹ ਹੈਗਾ ਜੀ ਸੁਬਹਾ ਦਾ ਟਾਈਮ, ਹੈ ਨਾ? ਅਤੇ ਸੁਬਹਾ ਦੇ ਵੱਜੇ ਹੋਏ ਸੀ 6:30। ਅਸੀਂ ਚੱਲੇ ਸੀ ਬਾਬਾ ਜੀ ਦੇ ਡੇਰੇ, ਚੇਤਨ ਮੁਨੀ ਦੇ ਜੀ ਦੇ। ਅਤੇ ਅੱਜ ਹੈਗਾ ਸੀ ਅਖੀਰਲਾ ਦਿਨ, ਅਖੰਡ ਪਾਠ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਸੀ। ਅਤੇ ਮੈਂ ਕਿਹਾ ਚੱਲ ਅੱਜ ਅੱਜ ਦੇ ਦਿਨ ਦੀ ਸੇਵਾ, ਹੈ ਨਾ, ਚੱਲ ਮੈਂ ਸੁਬਹਾ ਸੁਬਹਾ ਹੀ ਅੱਜ ਕਰ ਆਉਂਦੀ ਹਾਂ, ਹੈ ਨਾ। ਨਹੀਂ ਤਾਂ ਅੱਗੇ ਮੈਂ 2 ਦਿਨ ਅਸੀਂ ਲਗਾਤਾਰ ਡੇਲੀ ਜਾਂਦੇ ਰਹੇ ਹਾਂ ਸੇਵਾ ਕਰਨ, ਅਤੇ ਮੈਂ ਕਿਹਾ ਚੱਲ ਅੱਜ ਆਖਰੀ ਦਿਨ ਆ, ਹੈ ਨਾ। ਅਤੇ ਮੈਂ ਕਿਹਾ ਚੱਲ ਬੱਚਿਆਂ ਨਾਲ ਲੈ ਆਉਂਦੀ ਹਾਂ, ਅਤੇ ਜਿੰਨੀ ਕੁ ਸੇਵਾ ਹੋਊਗੀ 8 ਵਜੇ ਤੱਕ ਸੁਬਹਾ ਦੇ, ਚੱਲ ਲਗਾ ਦਿੰਦੇ ਹਾਂ ਜਿੰਨੀ ਕੁ ਮਿਲੀ ਸੇਵਾ। ਚਲੋ ਜੀ ਅਸੀਂ ਚੱਲਦੇ ਸੀ ਹੁਣ, ਅਤੇ ਮੈਂ ਅਤੇ ਅਮਰਿੰਦਰ ਅੱਗੇ ਅੱਗੇ ਜਾਈ ਜਾਂਦੀ ਸੀ, ਸਿਮਰਨ ਸਾਡੇ ਮਾਂਗਰੀ ਆਉਂਦਾ ਸੀ। ਚਲੋ ਜੀ ਪਹੁੰਚ ਗਏ ਹਾਂ ਅਸੀਂ ਡੇਰੇ ਦੇ ਵਿੱਚ, ਅਤੇ ਦੇਖੋ ਬਹੁਤ ਵਧੀਆ ਲੱਗਦਾ ਸੀ ਡੇਰਾ ਲਾਈਟਾਂ ਨਾਲ ਸੁਬਹਾ ਸੁਬਹਾ, ਹੈ ਨਾ। ਸੰਗਤ ਦੇ ਦਰਸ਼ਨ ਹੁੰਦੇ ਨੇ, ਕਿੰਨਾ ਵਧੀਆ ਲੱਗਦਾ, ਹੈ ਨਾ, ਜੋ ਸੁਬਹਾ ਸੁਬਹਾ ਸਾਰੀ ਸੰਗਤ ਦੇ ਦਰਸ਼ਨ ਹੁੰਦੇ ਨੇ। ਅਤੇ ਇੱਧਰ ਲੱਗੇ ਹੋਏ ਸੀ ਟੈਂਟ, ਅਤੇ ਇੱਧਰ ਹੀ ਮਤਲਬ ਕਿ ਅਖੰਡ ਪਾਠ, ਸ਼੍ਰੀ ਅਖੰਡ ਪਾਠ ਸਾਹਿਬ ਖੁੱਲ੍ਹੇ ਹੋਏ ਸੀ। ਚਲੋ ਜੀ ਸੇਵਾ ਕਰਕੇ ਅਸੀਂ ਘਰ ਚਲੇ ਗਏ ਸੀ। ਇਸ ਤੋਂ ਬਾਅਦ ਫਿਰ ਤਿਆਰ ਤਿਉਰ ਹੋ ਕੇ ਫਿਰ ਆਏ ਸੀ, ਅਤੇ ਇੱਧਰ ਪੈਂਦੇ ਨੇ ਭੋਗ, ਅਤੇ ਸਾਰੀ ਸੰਗਤ ਬੜੀ ਸ਼ਰਧਾ ਦੇ ਨਾਲ ਬੈਠੀ ਹੈ। ਅਤੇ ਅੱਜ ਦੇ ਦਿਨ ਹੀ ਜੋ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰ ਜੀ ਨੇ, ਉਹਨਾਂ ਦੀ ਮਾਤਾ ਜੀ ਨੇ ਆਉਣਾ ਸੀ, ਅਤੇ ਉਹ ਵੀ ਜਦੋਂ ਆਉਣਗੇ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰਾਂਗੇ। ਚਲੋ ਜੀ ਇੱਧਰ ਬੈਠੇ ਨੇ ਦੀਦੀ ਹੋਰ, ਵੱਡੋ ਦੀਦੀ ਨੇ ਅਤੇ ਬਾਕੀ ਸਰਬੋ ਦੀਦੀ ਨੇ, ਅਤੇ ਇੱਧਰ ਮੂਹਰੇ ਬੈਠੀ ਮੇਰੀ ਜਠਾਣੀ, ਇੱਧਰ ਬੈਠੀ ਹੈ ਵੱਡੀ ਭੈਣ ਵੀਰਾ ਭੈਣ, ਅਤੇ ਬਾਕੀ ਹੋਰ ਸਾਰੀ ਸੰਗਤ ਬੈਠੀ ਹੈ। ਦੇਖੋ ਬਹੁਤ ਜ਼ਿਆਦਾ ਇਕੱਠ ਸੀ, ਹੈ ਨਾ, ਅਤੇ ਬੀਬੀ ਹੋਰ ਬਾਹਰੇ ਸੇਵਾ ਕਰੀ ਜਾਂਦੇ ਸੀ ਲੰਗਰ ਪ੍ਰਸ਼ਾਦੇ ਦੀ, ਹੈ ਨਾ। ਅਤੇ ਲਓ ਜੀ ਦੇਖੋ ਇਹ ਹੈਗੇ ਨੇ ਭਗਵੰਤ ਮਾਨ ਵੀਰ ਜੀ ਦੀ ਮਾਤਾ ਜੀ, ਪਹੁੰਚ ਚੁੱਕੇ ਸੀ। ਮੈਥੋਂ ਥੋੜ੍ਹੀ ਉਹ ਵੀਡੀਓ ਸ਼ੂਟ ਹੋਈ ਹੈ, ਵੱਧ ਤਾਂ ਨਹੀਂ ਹੋਈ ਹੈਗੀ, ਹੈ ਨਾ। ਅਤੇ ਬਾਕੀ ਤੁਹਾਡੇ ਨਾਲ ਮੈਂ ਜੋ ਮਤਲਬ ਕਿ ਪਿੱਕ ਕੀਤੀਆਂ ਸੀ, ਸਾਰੀ ਸੰਗਤ ਨੂੰ ਬਾਹਰ ਹੀ ਮਿਲ ਕੇ ਗਏ ਨੇ, ਬਾਕੀ ਹੋਰ ਸੰਗਤ ਨੇ ਉਹ ਵੀ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਾਂਗੀ। ਅਤੇ ਇੱਧਰ ਮਤਲਬ ਕਿ ਭੋਗ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਣਾ ਸੀ, ਕਿ ਚੱਲ ਥੋੜ੍ਹੀ ਜਿਹੀ ਵੀਡੀਓ ਸ਼ੂਟ ਕਰ ਲੈਣੀ ਆ। ਅਤੇ ਇੱਧਰ ਪ੍ਰਸ਼ਾਦ ਵੰਡਦਾ, ਅਤੇ ਬਾਕੀ ਮਤਲਬ ਕਿ ਜੋ ਮਤਲਬ ਕਿ ਭਗਵੰਤ ਮਾਨ ਵੀਰ ਜੀ ਦੇ ਮਾਤਾ ਜੀ ਨੇ ਬਾਹਰੇ ਸਾਰੀ ਸੰਗਤ ਨੂੰ ਮਿਲ ਕੇ ਵੀ ਗਏ ਨੇ, ਜਦੋਂ ਪ੍ਰਸ਼ਾਦੇ ਲਾਉਂਦੀਆਂ ਸੀ ਸਾਰੀਆਂ ਮੇਰੀਆਂ ਭੈਣਾਂ ਬੀਬੀਆਂ, ਅਤੇ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਅੰਦਰ ਬੈਠੀ ਰਹਿ ਗਏ, ਹੈ ਨਾ। ਨਹੀਂ ਤਾਂ ਥੋੜ੍ਹੀ ਜਿਹੀ ਮਤਲਬ ਕਿ ਮੈਂ ਵੀ ਵੀਡੀਓ ਸ਼ੂਟ ਕਰ ਲੈਂਦੀ, ਹੈ ਨਾ, ਮਤਲਬ ਕਿ ਜਿੰਨੀ ਕੁ ਮੈਥੋਂ ਅੰਦਰ ਹੋਈ ਆ, ਹੈ ਨਾ, ਵੀਡੀਓ ਸ਼ੂਟ ਮੈਂ ਉਨੀ ਕੁ ਕਰ ਲਈ ਆ। ਅਤੇ ਬਾਕੀ ਜੋ ਪਿੱਕ ਹੋਣਗੇ ਆ ਉਹ ਮੈਂ ਤੁਹਾਡੇ ਨਾਲ ਹੁਣ ਅੱਗੇ ਸ਼ੇਅਰ ਕਰਦੀ ਹਾਂ।
ਚਲੋ ਚੱਲਦੇ ਹਾਂ ਜੀ ਹੁਣ ਆਪਾਂ ਬਾਹਰ। ਚਲੋ ਜੀ ਆਪਾਂ ਆ ਚੁੱਕੇ ਹਾਂ ਬਾਹਰ, ਅਤੇ ਇੱਧਰ ਹਲੇ ਕੁਛ ਕੁ ਪ੍ਰਸ਼ਾਦੇ ਰਹਿ ਗਏ ਸੀ, ਮੇਰੇ ਭੈਣਾਂ ਲੱਗੀਆਂ ਹੋਈਆਂ ਸੀ ਲਾਹੁਣ, ਹੈ ਨਾ, ਅਤੇ ਇੱਕ ਪਾਸੇ ਲੰਗਰ ਵਰਤਦਾ ਸੀ, ਹੈ ਨਾ। ਅਤੇ ਮੈਂ ਕਿਹਾ ਚੱਲ ਥੋੜ੍ਹੀ ਜਿਹੀ ਵੀਡੀਓ ਇੱਥੇ ਵੀ ਸ਼ੂਟ ਕਰ ਲੈਂਦੇ ਹਾਂ, ਹੈ ਨਾ। ਅਤੇ ਦੇਖੋ ਸਾਰੀ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਸੀ, ਅਤੇ ਦੇਖੋ ਬੱਚੇ ਖੇਡੀ ਜਾਂਦੇ ਨੇ, ਦੂਜੇ ਪਾਸੇ ਚੱਲ ਲੰਗਰ ਪ੍ਰਸ਼ਾਦੇ ਵਰਤਦੇ ਨੇ। ਅਤੇ ਅਸੀਂ ਵੀ ਲੰਗਰ ਵਗੈਰਾ ਛੱਕ ਲਿਆ ਸੀ, ਅਤੇ ਮੈਂ ਕਿਹਾ ਚੱਲ, ਹੈ ਨਾ, ਹੁਣ ਮਤਲਬ ਕਿ ਥੋੜ੍ਹਾ ਚਿਰ ਆਪਾਂ ਇੱਧਰ ਬਹਿ ਨੇ, ਹੈ ਨਾ, ਜੇ ਮਤਲਬ ਕਿ ਸੇਵਾ ਮਿਲੀ ਤਾਂ ਆਪਾਂ ਸੇਵਾ ਕਰਵਾ ਦਾਂਗੇ, ਹੈ ਨਾ, ਥੋੜ੍ਹੀ ਜਿਹੀ ਪ੍ਰਸ਼ਾਦ। ਸਰਦਾਰ ਜੀ ਵੀ ਸੇਵਾ ਕਰਨ ਲੱਗੇ ਪਏ ਸੀ, ਅਤੇ ਫਿਰ ਅਸੀਂ ਇੱਧਰਲੇ ਪਾਸੇ ਲੈ ਗਏ, ਚਾਹ ਪਾਣੀ ਦੀ ਵੀ ਸੇਵਾ ਚੱਲਦੀ ਸੀ, ਅਤੇ ਬਾਕੀ ਲੰਗਰ ਪ੍ਰਸ਼ਾਦ ਦੇ ਵਰਤਾਈ ਜਾਂਦੇ ਸੀ, ਹੈ ਨਾ। ਅਤੇ ਬਾਕੀ ਸੰਗਤਾਂ ਇੱਧਰ ਬੈਠੀਆਂ ਨੇ, ਹੈ ਨਾ, ਮਤਲਬ ਕਿ ਸੰਗਤਾਂ ਦੇ ਮਤਲਬ ਕਿ ਦਰਸ਼ਨ ਕਰਕੇ ਮਤਲਬ ਕਿ ਬਹੁਤ ਜੀ ਜਿਹਾ ਲੱਗਦਾ, ਹੈ ਨਾ। ਅਤੇ ਫਿਰ ਅਸੀਂ ਚੁੱਲ੍ਹੇ ਮਤਲਬ ਵਿਆਹ ਕੇ ਬਹਿ ਗਏ ਸੀ, ਹੈ ਨਾ, ਸੇਕਣ ਲੱਗ ਗਏ ਸੀ, ਅਤੇ ਧੁੱਪ ਦੀ ਚਮਕਾਰ ਮਤਲਬ ਕਿ ਚਮਕਾਰ ਜੀ ਉਹ ਪੈਂਦੀ ਸੀ, ਮਤਲਬ ਕਿ ਇੰਨੀ ਧੁੱਪ ਖਾਸ ਹੈ ਨਹੀਂ ਸੀ। ਮੈਂ ਕਿਹਾ ਚੱਲ ਚੁੱਲ੍ਹੇ ਮੇਰੇ ਬਹਿ ਨੇ, ਹੈ ਨਾ, ਥੋੜ੍ਹੀ ਸੇਵਾ ਮਿਲ ਜੂਗੀ। ਅਤੇ ਫਿਰ ਇਸ ਤੋਂ ਬਾਅਦ ਫਿਰ ਅਸੀਂ ਚਾਹ ਪੀਣ ਚਲੇ ਗਏ ਸੀ, ਅਤੇ ਥੋੜ੍ਹੀ ਜਿਹੀ ਚਾਹ ਪੀਣ, ਮੈਂ ਕਿਹਾ ਚੱਲ ਥੋੜ੍ਹੀ ਜਿਹੀ ਚਾਹ ਪੀ ਲੈਂਦੇ, ਹੈ ਨਾ, ਅਤੇ ਬੀਬੀ ਬੈਠੀ ਪ੍ਰਸ਼ਾਦੀ ਛਕੀ ਜਾਂਦੀ ਸੀ। ਅਤੇ ਲਓ ਜੀ, ਇਹ ਸੀ ਆਪਣੀ ਅੱਜ ਦੀ ਵੀਡੀਓ। ਜੇਕਰ ਵੀਡੀਓ ਵਧੀਆ ਲੱਗੀ ਹੋਊ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।